ਹੁਣ ਬੇਟਾ ਆਪਾਂ 9ਵੀਂ ਕਲਾਸ ਦਾ 12ਵਾਂ ਅਧਿਆਇ ਹੀਰੋ ਦਾ ਸੂਤਰ ਦਾ 6ਵਾਂ ਸਵਾਲ ਕਰਨ ਜਾ ਰਹੇ ਹਾਂ। ਇਸ ਵਿੱਚ ਕਿਹਾ ਗਿਆ ਕਿ ਇੱਕ ਸਮਦੂ ਪੂਜੀ ਤ੍ਰਿਭੁਜ ਦਾ, ਸਮ ਦੋ ਪੂਜੀ ਬੇਟਾ, ਸਮ ਪੂਜੀ ਸੀਗਾ ਤਿੰਨੇ ਭੁਜਾਵਾਂ ਬਰਾਬਰ, ਸਮ ਦੋ ਪੂਜੀ ਦਾ ਮਤਲਬ ਹੈ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਦਾ ਪਰਿਮਾਪ 30 ਸੈਂਟੀਮੀਟਰ ਹੈ ਅਤੇ ਉਸ ਦੀਆਂ ਬਰਾਬਰ ਭੁਜਾਵਾਂ 12 ਸੈਂਟੀਮੀਟਰ ਲੰਬਾਈਆਂ ਦੀਆਂ ਹਨ। ਦੇਖੋ ਮੈਂ ਇੱਕ ਤ੍ਰਿਭੁਜ ਬਣਾਇਆ ਹਾਂ, ਇਸ ਤ੍ਰਿਭੁਜ ਦੇ ਵਿੱਚ ਤੁਹਾਨੂੰ ਦੋ ਭੁਜਾਵਾਂ 12 ਸੈਂਟੀਮੀਟਰ ਦਿੱਤੀਆਂ ਗਈਆਂ ਹਨ ਅਤੇ ਪਰਿਮਾਪ 30 ਸੈਂਟੀਮੀਟਰ ਦਿੱਤਾ ਗਿਆ ਹੈ ਅਤੇ ਇਸ ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ ਹੈ। ਐਂਡ ਆਈਸੋਸਲੈਸ ਟ੍ਰਾਇੰਗਲ, ਆਈਸੋਸਲੈਸ ਟ੍ਰਾਇੰਗਲ ਹੁੰਦਾ ਸਮ ਦੋ ਪੂਜੀ ਤ੍ਰਿਭੁਜ ਜਿਸ ਦੀਆਂ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ। ਪੈਰੀਮੀਟਰ 30 ਦਿੱਤਾ ਗਿਆ ਹੈ ਪਰਿਮਾਪ ਅਤੇ ਈਚ ਆਫ ਇਕੁਅਲ ਸਾਈਡ ਬੀਜ 12 ਐਂਡ 12। ਇਸ ਤੀਜੀ ਭੁਜਾ ਨੂੰ ਮੈਂ ਐਕਸ ਮੰਨਣਾ ਹੈ, ਜਿਸ ਤਰੀਕੇ ਨਾਲ ਮੈਂ ਤੁਹਾਨੂੰ ਪਹਿਲਾਂ ਸਵਾਲ ਵੀ ਕਰਾਇਆ ਸੀਗਾ ਸੇਮ ਉਸੇ ਤਰੀਕੇ ਨਾਲ ਕਰਨਾ ਹੈ। ਅਸੀਂ ਤੀਜੀ ਭੁਜਾ ਨੂੰ ਐਕਸ ਮੰਨ ਲਿਆ ਹੈ। ਸਭ ਤੋਂ ਪਹਿਲਾਂ ਸਾਨੂੰ ਸਵਾਲ ਦੇ ਵਿੱਚ ਕੀ ਦਿੱਤਾ ਗਿਆ ਹੈ? ਪਰਿਮਾਪ ਦਿੱਤਾ ਗਿਆ ਹੈ। ਪਰਿਮਾਪ ਸਾਡੇ ਕੋਲ ਕਿੰਨਾ ਹੈ? 30 ਸੈਂਟੀਮੀਟਰ ਅਤੇ ਪਰਿਮਾਪ ਹੁੰਦਾ ਹੈ ਤਿੰਨੇ ਭੁਜਾਵਾਂ ਦਾ ਜੋੜ। ਤਾਂ 12 ਜਮ੍ਹਾਂ 12 ਜਮ੍ਹਾਂ ਐਕਸ ਅਤੇ ਐਕਸ ਕਿਹਦੇ ਬਰਾਬਰ ਹੋ ਗਿਆ? 30 ਦੇ। 12 ਦੇ 12 ਮਿਲ ਕੇ ਹੋ ਗਏ 24 ਜਮ੍ਹਾਂ ਐਕਸ ਬਰਾਬਰ ਕਿਹਦੇ ਆ ਗਿਆ? 30 ਦੇ। ਹੁਣ 24 ਨੂੰ ਉਸ ਘਰ ਭੇਜਣਾ ਹੈ ਤਾਂ ਐਕਸ ਕਿਹਦੇ ਬਰਾਬਰ ਆ ਗਿਆ? 30 ਮਾਈਨਸ 24 ਦੇ, ਤਾਂ ਐਕਸ ਦਾ ਮੁੱਲ ਆ ਗਿਆ ਹੈ ਬੇਟਾ 6 ਸੈਂਟੀਮੀਟਰ। ਇਸ ਤਰ੍ਹਾਂ ਤੁਸੀਂ ਆਪਣੀ ਤੀਜੀ ਭੁਜਾ ਪਤਾ ਕਰ ਲਈ ਹੈ ਜੋ ਕਿ ਕਿੰਨੀ ਹੈ? 6 ਸੈਂਟੀਮੀਟਰ। ਹੁਣ ਤੁਹਾਨੂੰ ਸਿੰਪਲ ਕੀ ਪਤਾ ਕਰਨਾ ਹੈ? ਖੇਤਰਫਲ ਪਤਾ ਕਰਨਾ ਹੈ, ਜਿਸ ਦਾ ਫਾਰਮੂਲਾ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ। ਸਭ ਤੋਂ ਪਹਿਲਾਂ ਅਸੀਂ ਪਤਾ ਕਰਦੇ ਹਾਂ ਐਸ, ਜਿਸ ਵਿੱਚ ਤਿੰਨੇ ਭੁਜਾਵਾਂ ਦਾ ਜੋੜ ਦਾ ਅੱਧਾ ਕਰਦੇ ਹਾਂ। 12 ਜਮ੍ਹਾਂ 12 ਜਮ੍ਹਾਂ 6 ਦਾ ਅੱਧਾ। ਸਾਰਿਆਂ ਨੂੰ ਪਤਾ ਹੈ ਪਰਿਮਾਪ ਹੈ ਉੱਪਰ, 12 ਅਤੇ 12 24 ਅਤੇ 6 30 ਆਏਗਾ, ਪਰਿਮਾਪ ਹੀ ਆਉਂਦਾ ਹੈ। ਬਟਾ 2 30ਾਂ ਦਾ ਅੱਧਾ ਸਾਰਿਆਂ ਨੂੰ ਪਤਾ ਹੈ 15 ਹੁੰਦਾ ਹੈ। ਤਾਂ ਐਸ ਦਾ ਮੁੱਲ ਸਾਡਾ 15 ਸੈਂਟੀਮੀਟਰ ਆ ਚੁੱਕਾ ਹੈ। ਖੇਤਰਫਲ ਦਾ ਫਾਰਮੂਲਾ ਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਹੀ ਹੈ। ਹੁਣ ਸਾਡੇ ਕੋਲ ਐਸ ਦੀ ਵੈਲਿਊ ਕਿੰਨੀ ਹੈ? 15। ਫਿਰ 15 ਦੇ ਵਿੱਚੋਂ ਮਾਈਨਸ ਕਰਾਂਗੇ ਪਹਿਲੀ ਭੁਜਾ 12 ਨੂੰ, ਫਿਰ 15 ਵਿੱਚੋਂ ਮਾਈਨਸ ਕਰਾਂਗੇ ਦੂਜੀ ਭੁਜਾ 12 ਨੂੰ, ਫਿਰ 15 ਵਿੱਚੋਂ ਮਾਈਨਸ ਕਰਾਂਗੇ ਤੀਜੀ ਭੁਜਾ 6 ਨੂੰ ਅਤੇ ਸਾਰਿਆਂ ਨੂੰ ਪਾਵਾਂਗੇ ਵਰਗਮੂਲ ਦੇ ਅੰਦਰ। ਹੁਣ ਸਾਡੇ ਕੋਲ ਆਇਆ ਹੈ 15 ਗੁਣਾ। 15 ਵਿੱਚੋਂ 12 ਗਏ 3 ਸਾਰਿਆਂ ਨੂੰ ਪਤਾ ਹੈ, 15 ਵਿੱਚੋਂ 12 ਗਏ 3 ਸਾਰਿਆਂ ਨੂੰ ਪਤਾ ਹੈ, 15 ਵਿੱਚੋਂ 6 ਗਏ 9 ਹੁੰਦੇ ਨੇ। ਧਿਆਨ ਨਾਲ ਘਟਾਓ ਕਰਨੀ ਹੈ ਬੇਟਾ। ਹੁਣ ਧਿਆਨ ਨਾਲ ਦੇਖਣਾ ਹੈ, ਸਭ ਤੋਂ ਪਹਿਲਾਂ ਅਸੀਂ 15 ਦੇ ਗੁਣਨਖੰਡ ਬਣਾਵਾਂਗੇ ਬੇਟਾ। 15 ਦੇ ਗੁਣਨਖੰਡ ਸਾਰਿਆਂ ਨੂੰ ਵੈਸੇ ਪਤਾ ਹੀ ਹੈ, 5 ਗੁਣਾ 3 ਹੁੰਦੇ ਹਨ। ਜੇ ਨਹੀਂ ਪਤਾ ਹੈ ਤਾਂ 15 5 ਦੇ ਪੜ੍ਹ 'ਤੇ ਗਿਆ 3 ਅਤੇ 3 'ਤੇ ਪੜ੍ਹ 'ਤੇ 1 ਆ ਗਿਆ। 15 ਦੇ ਸਾਡੇ ਕੋਲ ਗੁਣਨਖੰਡ ਬਣ ਚੁੱਕੇ ਨੇ 5 ਗੁਣਾ 3। 3 ਦਾ ਕੋਈ ਗੁਣਨਖੰਡ ਨਹੀਂ ਹੁੰਦਾ, 3 ਹੀ ਲਿਖਿਆ ਜਾਏਗਾ। ਫਿਰ 3 ਦਾ ਕੋਈ ਗੁਣਨਖੰਡ ਨਹੀਂ ਹੁੰਦਾ, 3 ਹੀ ਲਿਖਿਆ ਜਾਏਗਾ। ਹਾਂ, 9 ਦੇ ਗੁਣਨਖੰਡ ਬਣਦੇ ਹਨ, ਕਿਉਂਕਿ 9 3 ਦੇ ਪਾੜੇ 'ਤੇ 3 ਅਤੇ ਫਿਰ 3 ਏਕਮ 3, 9 ਦੇ ਵਿੱਚ ਕਿੰਨੇ 3 ਆਏ? 2। ਬਹੁਤ ਧਿਆਨ ਨਾਲ ਇੱਕ ਗੱਲ ਸੁਣ ਲਓ ਬੇਟਾ, 15 ਦੇ ਗੁਣਨਖੰਡ ਬਣਾਏ ਹਨ ਅਸੀਂ 2, 5 ਅਤੇ 3, ਫਿਰ 3 ਇਕੱਲਾ ਹੀ ਸੀ, ਫਿਰ 3 ਇਕੱਲਾ ਹੀ ਸੀ, ਫਿਰ 9। ਇਸ ਤਰੀਕੇ ਨਾਲ ਦੇਖ ਲੈਣਾ ਹੈ ਕਿ ਸਾਡੇ ਕੋਲ ਕੋਈ ਰਕਮ ਗਲਤ ਤਾਂ ਨਹੀਂ ਲਿਖੀ ਗਈ, ਜਾਂ ਕੋਈ ਰਕਮ ਉੱਪਰ ਪੈਂਡਿੰਗ ਤਾਂ ਨਹੀਂ ਰਹਿ ਗਈ ਜਿਹੜੀ ਲਿਖਣੀ ਸੀ ਅਤੇ ਆਪਾਂ ਭੁੱਲ ਗਏ। ਹੁਣ ਜੋੜੇ ਬਣਾਉਣੇ ਬੇਟਾ। 3 ਦਾ ਸਾਡਾ ਜੋੜਾ ਬਣ ਚੁੱਕਾ ਹੈ, 3 ਬਾਹਰ ਆ ਗਿਆ। 3 ਦਾ ਜੋੜਾ ਸਾਡਾ ਬਣ ਚੁੱਕਾ ਹੈ, 3 ਬਾਹਰ ਆ ਗਿਆ, ਪਰ ਇਹ 3 ਇਕੱਲਾ ਹੈ, ਇਹ 5 ਅਕੇਲਾ ਹੈ। ਇਸ ਕਰਕੇ ਵਰਗਮੂਲ ਦੇ ਅੰਦਰ 5 ਵੀ ਬਚ ਗਿਆ ਅਤੇ 3 ਵੀ ਬਚ ਗਿਆ। ਜਿਹੜੇ ਜਿਹੜੇ ਨੰਬਰ ਬੇਟਾ ਜੋੜੇ ਨਹੀਂ ਬਣਾਉਂਦੇ ਹਨ, ਉਹ ਸਾਰੇ ਵਰਗਮੂਲ ਦੇ ਅੰਦਰ ਹੀ ਵਾਪਸ ਲਿਖਣੇ ਹੁੰਦੇ ਹਨ। 3 3 9 ਅਤੇ ਵਰਗਮੂਲ ਦੇ ਵਿੱਚ ਬੇਟਾ 15 ਸੈਂਟੀਮੀਟਰ ਦੀ ਘਾਤ 2 ਸਾਡਾ ਇਸ ਸਵਾਲ ਦਾ ਆਂਸਰ ਹੋਏਗਾ। ਧਿਆਨ ਨਾਲ ਸਮਝਣਾ ਹੈ ਬੇਟਾ, ਅਤੇ ਕਾਪੀ 'ਤੇ ਪ੍ਰੈਕਟਿਸ ਵੀ ਕਰਨੀ ਹੈ। ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾ ਰਿਹਾ ਹੈ ਕਿ ਇਸ ਸਵਾਲ ਦੇ ਵਿੱਚ ਸਾਨੂੰ ਪਰਿਮਾਪ ਦਿੱਤਾ ਸੀਗਾ, 2 ਭੁਜਾਵਾਂ ਬਾਰੇ ਪਤਾ ਸੀਗਾ, ਤੀਜੀ ਭੁਜਾ ਨੂੰ ਐਕਸ ਮੰਨਿਆ ਗਿਆ, ਫਿਰ ਪਰਿਮਾਪ ਦੇ ਫਾਰਮੂਲੇ ਦੇ 30 ਬਰਾਬਰ ਕਰਕੇ ਉੱਥੋਂ ਐਕਸ ਦਾ ਮੁੱਲ ਪਤਾ ਕੀਤਾ ਗਿਆ, ਅਤੇ ਫਿਰ ਹੀਰੋ ਸੂਤਰ ਰਾਹੀਂ ਇਸ ਤ੍ਰਿਭੁਜ ਦਾ ਖੇਤਰਫਲ ਪਤਾ ਕੀਤਾ ਗਿਆ।